ਸਤਿ ਸ਼੍ਰੀ ਅਕਾਲ ਪੰਜਾਬੀ, ਉਹ ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ। ਮੈਂ ਇਸ ਟਾਈਮ ਖੜ੍ਹਾ ਦਰਬਾਰ ਸਾਹਿਬ। ਦਰਬਾਰ ਸਾਹਿਬ ਆਉਣੇ ਤੁਸੀਂ ਦਰਸ਼ਨ ਕਰਨ। ਅੱਜ ਤੁਹਾਨੂੰ ਇੱਕ ਐਸੇ ਇਤਿਹਾਸ ਦੇ, ਇਤਿਹਾਸ ਨਾਲ ਜੁੜੀ ਹੋਈ ਚੀਜ਼ ਦੇ ਦਰਸ਼ਨ ਕਰਵਾਵਾਂਗਾ, ਜਿਹਦੇ ਤੁਸੀਂ ਹਮੇਸ਼ਾ ਹੀ ਵਾਂਝੇ ਰਹਿ ਜਾਂਦੇ ਹੋ। ਕਈਆਂ ਨੂੰ ਤਾਂ ਪਤਾ ਹੀ ਨਹੀਂ, ਜੇ ਕਈਆਂ ਨੂੰ ਪਤਾ ਤਾਂ ਉਹਨਾਂ ਨੂੰ ਰਸਤੇ ਦਾ ਨਹੀਂ ਪਤਾ, ਊਂ ਪਤਾ ਪਰ ਇਹ ਨਹੀਂ ਪਤਾ ਹੈ ਕਿੱਥੇ। ਅਤੇ ਅੱਜ ਤੁਹਾਨੂੰ ਦੱਸਾਂਗੇ, ਇਹ ਆ ਗਿਆ ਜੀ ਲੰਗਰ ਹਾਲ। ਠੀਕ ਹੈ ਜੀ, ਲੰਗਰ ਹਾਲ ਤੋਂ ਬਾਅਦ ਇਹ ਚਰਨ ਗੰਗਾ, ਅਤੇ ਇਸ ਦੇ ਨਾਲ ਹੀ ਇੱਧਰ ਰਸਤਾ ਬਣਿਆ ਹੋਇਆ ਜੀ ਬੁੰਗਾ ਰਾਮ ਗੜੀਆ। ਠੀਕ ਹੈ ਜੀ, ਇਹ ਦੋ ਉੱਚੇ ਉੱਚੇ ਬੁੰਗੇ ਬਣੇ ਹੋਏ ਆ, ਅਤੇ ਇੱਥੋਂ ਰਸਤਾ ਆ ਦੇਖੋ, ਨਾਲ ਨਾਲ ਲੰਗਰ ਹਾਲ ਦੇ ਨਾਲ ਨਾਲ ਇਹ ਰਸਤਾ ਚਲਿਆ ਜਾਂਦਾ। ਬਹੁਤ ਘੱਟ ਸੰਗਤ ਇੱਧਰ ਆਉਂਦੀ ਹੈ ਦਰਸ਼ਨ ਕਰਨ। ਬਹੁਤ ਸਾਡੇ ਮਾਣ ਮੱਤੇ ਇਤਿਹਾਸ ਨਾਲ ਜੁੜੀ ਇੱਧਰ ਗੱਲਬਾਤ ਹੈਗੀ ਆ। ਅੱਗੇ ਬੁੰਗਾ ਆ ਜਾਣਾ ਜੀ, ਉੱਚਾ ਟਾਵਰ, ਅਤੇ ਇਹਦੇ ਤੁਸੀਂ ਨਾਲ ਹੀ ਮੁੜ ਜਾਣਾ। ਨਾਲ ਹੀ ਮੁੜ ਕੇ ਜੀ ਇੱਥੋਂ ਸਿੱਧੇ ਹੋ ਜਾਣਾ, ਸਾਹਮਣੇ ਤੁਹਾਨੂੰ ਇੱਕ ਹੋਰ ਬੁੰਗਾ ਦਿਸੂਗਾ। ਇਹ ਬੁੰਗੇ ਬਣਾਏ ਗਏ ਸੀ ਜੱਸਾ ਸਿੰਘ ਰਾਮਗੜੀਆ, ਉਹਨਾਂ ਜਿਹੜੇ ਰਾਮਗੜੇ ਮਿਸਲ ਦੇ ਮੁਖੀ ਸੀ, ਉਹਨਾਂ ਵੱਲੋਂ ਬਣਾਏ ਗਏ ਸੀ ਦਰਬਾਰ ਸਾਹਿਬ ਦੀ ਰਾਖੀ ਵਾਸਤੇ। ਉੱਚੇ ਉੱਚੇ ਬੁੰਗੇ ਬਣਾਏ ਗਏ ਸੀ, ਅਤੇ ਆ ਜੋ ਤੁਹਾਨੂੰ ਦਿਖਾਉਣੇ ਆ। ਵੈਸੇ ਇੱਥੇ ਨਾ ਕੰਮ ਚੱਲ ਰਿਹਾ ਜੀ, ਇੱਥੋਂ ਆ ਸਾਹਮਣੇ ਆ ਗਏ, ਇਹ ਪੁਰਾਤਨ ਖੂਹ ਆ, ਬਹੁਤ ਪੁਰਾਤਨ ਖੂਹ ਹੈ, ਅਤੇ ਇੱਥੇ ਵੈਸੇ ਕੰਮ ਚੱਲ ਰਿਹਾ। ਇਹਨਾਂ ਨੇ ਨੀਚੇ ਜਾਣਾ ਮਨ੍ਹਾ ਕੀਤਾ ਹੋਇਆ, ਇਹਦੇ ਨੀਚੇ ਚਾਰ ਮੰਜ਼ਿਲਾਂ ਨੇ ਜਿੱਥੇ ਥੱਲੇ ਸਿੰਘਾਸਣ ਬਣਿਆ ਹੋਇਆ। ਸਾਡੇ ਵੱਡਿਆਂ ਨੇ ਗੱਲ ਕਰੀਏ ਤਾਂ ਸਿੰਘਾਸਣ ਥੱਲੇ ਲਾਇਆ ਸੀਗਾ, ਜਿਵੇਂ ਆਪਾਂ ਕਹਿ ਦਈਏ ਬੇਸਮੈਂਟ ਦੇ ਵਿੱਚ ਲਾਇਆ ਸੀ, ਤਾਂ ਕਿ ਵੀ ਦਰਬਾਰ ਸਾਹਿਬ 'ਤੇ ਅਸੀਂ ਬਰਾਬਰ ਜਾਂ ਦਰਬਾਰ ਸਾਹਿਬ ਤੋਂ ਉੱਚੇ ਨਹੀਂ ਬੈਠ ਸਕਦੇ। ਨੀਚੇ ਬੇਸਮੈਂਟ ਦੇ ਵਿੱਚ ਸਿੰਘਾਸਣ ਲੱਗਿਆ ਹੋਇਆ, ਅਤੇ ਕੰਮ ਚੱਲ ਰਿਹਾ। ਅਤੇ ਆ ਸਾਹਮਣੇ ਲਿਖਿਆ ਹੋਇਆ ਥੱਲੇ ਜਾਂ ਥੱਲੇ ਰਸਤਾ ਬੰਦ ਹੈ, ਕੰਮ ਚੱਲ ਰਿਹਾ। ਠੀਕ ਹੈ ਨਾ ਜੀ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦੇਖਣ ਯੋਗ ਇਹ ਚੀਜ਼ ਬਣ ਜੂ, ਸੰਗਤ ਦਰਸ਼ਨ ਕਰਿਆ ਕਰੂ। ਮੈਂ ਤੁਹਾਨੂੰ ਜੱਸਾ ਸਿੰਘ ਰਾਮਗੜੀਆ ਦੀ ਫੋਟੋ ਦੇ ਦਰਸ਼ਨ ਕਰਵਾ ਦਿਆਂ ਉਹਨਾਂ ਦੇ। ਠੀਕ ਹੈ ਨਾ ਜੀ, ਇਹ ਸਨ ਯੋਧੇ ਜਿਹੜੇ ਰਾਮਗੜੇ ਮਿਸਲ ਦੇ ਮੁਖੀ ਸੀ। 1700 ਕੁਛ ਦੇ ਵਿੱਚ ਜਦੋਂ ਰਾਮਗੜੀਆ ਮਿਸਲ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਸੀ, ਤਾਂ ਉਦੋਂ ਉਹਨਾਂ ਨੇ ਇੱਥੇ ਕੱਚਾ ਕਿਲਾ ਬਣਾਇਆ ਜੱਸਾ ਸਿੰਘ ਰਾਮਗੜੀਆ ਨੇ ਇਸ ਥਾਂ 'ਤੇ। ਆਹ ਦੇਖੋ ਥੱਲੇ ਪੌੜੀਆਂ ਨੇ, ਚਾਰ ਥੱਲੇ ਮੰਜ਼ਿਲਾਂ ਬਣੀਆਂ ਹੋਈਆਂ, ਉੱਪਰ ਵੱਡੀ, ਨੀਚੇ ਉਦੋਂ ਛੋਟੀ, ਫਿਰ ਉਦੋਂ ਛੋਟੀ, ਚਾਰੇ ਮੰਜ਼ਿਲਾਂ ਦੇ ਨਾਲ ਖੂਹ ਬਰਾਬਰ ਬਰਾਬਰ ਨਾਲ ਜਾਈ ਜਾਂਦਾ। ਠੀਕ ਹੈ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਰਸਤਾ ਦੱਸਤਾ ਜ਼ਰੂਰ ਦੇਖ ਕੇ ਜਾਇਓ। ਇੱਥੇ ਜਿਹੜੀ ਮੇਨ ਇੱਕ ਇਤਿਹਾਸ ਨਾਲ ਜੁੜੀ ਹੋਈ ਚੀਜ਼ ਪਈ ਹੈ, ਉਹ ਤੁਸੀਂ ਆ ਦੇਖੋ, ਉਹ ਹੈਗੀ ਆ ਇਤਿਹਾਸਿਕ ਸਿੱਲ। ਇਤਿਹਾਸਿਕ ਸਿੱਲ, ਸਿੱਲ ਮਤਲਬ ਇੱਕ ਜਿਵੇਂ ਆਪਾਂ ਕਹਿ ਦਈਏ ਪੱਥਰ ਦਾ ਥੜਾ ਕਹਿ ਦਈਏ ਆਪਾਂ ਪੰਜਾਬੀ 'ਚ ਉਸ ਤਰ੍ਹਾਂ। ਅਤੇ
ਇਹ 1700 ਕੁਛ ਦੇ ਵਿੱਚ ਜਦੋਂ ਸਿੰਘਾਂ ਨੇ ਜਸ ਸਿੰਘ ਆਲੂਵਾਲੀਆ ਅਤੇ ਬਘੇਲ ਸਿੰਘ ਵਰਗ ਨੇ ਦਿੱਲੀ ਫਤਿਹ ਕਰ ਲਈ ਸੀ ਤਾਂ ਉਹਨਾਂ ਨੇ ਕਿਹਾ ਸੀ ਤੁਸੀਂ ਇਹ ਸਾਂਭੋ, ਲਾਲ ਕਿਲੇ ਦੇ ਵਿੱਚ ਇਹ ਸੈੱਲ ਲੱਗੀ ਹੋਈ ਸੀ ਵੀ ਤੁਸੀਂ ਸਾਂਭੋ। ਪਰ ਜੱਸਾ ਸਿੰਘ ਆਲੂਵਾਲੀਆ ਘੋੜਿਆਂ ਦੇ ਮਗਰ ਪਾ ਕੇ ਇਹਨੂੰ ਦਿੱਲੀ ਤੋਂ ਅੰਮ੍ਰਿਤਸਰ ਲੈ ਆਏ ਸੀ, ਉਹਨਾਂ ਨੇ ਲੈ ਕੇ ਇੱਥੇ ਇਹ ਫਿੱਟ ਕਰਤੀ ਸੀ। ਇਸ ਸਿੱਲ ਦੇ ਉੱਤੇ ਜਿਹੜੇ ਸ਼ਾਹਜਹਾਂ ਉਦੋਂ ਬਾਅਦ ਮੁਗਲ ਜਿੰਨੇ ਵੀ ਹੋਏ ਸਾਰੇ ਬੈਠ ਕੇ ਇਹਦੇ ਉੱਤੋਂ ਹੁਕਮ ਸੁਣਾਉਂਦੇ ਹੁੰਦੇ ਸੀ, ਜਿਹੜੇ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਜਾਂਦੇ ਸੀਗੇ, ਉਹ ਹੁਕਮ ਸੁਣਾਉਂਦੇ ਹੁੰਦੇ ਸੀ। ਅਤੇ ਤਾਂ ਕਰਕੇ ਇਹ ਲਿਆ ਕੇ ਇੱਥੇ ਇਹਨਾਂ ਨੇ ਲਾਤੀ। ਜਦੋਂ ਕੋਈ ਵੀ ਕਿਲੇ ਦੇ ਵਿੱਚ ਵੜਦਾ ਸੀ ਤਾਂ ਇਹਦੇ ਉੱਤੇ ਜੁੱਤੀ ਝਾੜ ਕੇ ਫਿਰ ਇੱਧਰ ਅੰਦਰ ਵੜਦਾ ਸੀ। ਅਤੇ ਆਹ ਦੇਖੋ ਤੁਸੀਂ ਲੱਗੀ ਹੋਈ, ਜੇ ਧਿਆਨ ਨਾਲ ਦੇਖੋ ਜੇ ਦੀਦੀ ਹੋਵੇ ਕੈਮਰੇ ਦੇ ਵਿੱਚ, ਇਹ ਪਰਾਂ ਨੂੰ ਨੀਵੀਂ ਲੱਗੀ ਹੋਈ ਆ, ਪਰਾਂ ਨੂੰ ਝੁਕੀ ਹੋਈ ਆ, ਦਰਬਾਰ ਸਾਹਿਬ ਵੱਲ ਨੂੰ ਇਹ ਝੁਕੀ ਹੋਈ ਆ, ਠੀਕ ਹੈ, ਉੱਧਰ ਨੂੰ ਇਹਦਾ ਸੀਸ ਨਵਾਇਆ ਹੋਇਆ। ਜੇ ਗੱਲ ਕਰੀਏ ਤਾਂ ਇਹ ਵੀ ਪੜ੍ਹਿਆ ਸੁਣਿਆ ਵੀ ਇਹ ਜਿਹੜੀ ਸਿੱਲ ਹੈ ਇਹ ਇੱਕ ਸਪੈਸ਼ਲ ਪੱਥਰ ਦੀ ਸੀ, ਉਹਨਾਂ ਨੇ ਸਾਰਿਆਂ ਨੇ ਦੂਰੋਂ ਮੰਗਾ ਕੇ ਇਹ ਪੱਥਰ ਦੀ ਬਣਾਈ ਸੀ ਅਤੇ ਇਹਦੇ ਦੋਨੇ ਪਾਸੇ 6.5 ਫੁੱਟ ਉੱਚੀ ਸੀ, 4 ਫੁੱਟ ਚੌੜੀ ਸੀ ਅਤੇ ਇਹ ਦੋਨੇ ਪਾਸੇ ਮੋਰਨੀਆਂ ਬਣੀਆਂ ਹੋਈਆਂ ਸੀ, ਮੋਰਨੀਆਂ ਅਤੇ ਉਹਨਾਂ ਦੇ ਜਿਹੜੀ ਅੱਖਾਂ ਦੇ ਵਿੱਚ ਹੀਰੇ ਲੱਗੇ ਹੋਏ ਸੀ। ਇਸ ਸਿੱਲ ਦੀ ਕੀਮਤ 1999 ਦੇ ਵਿੱਚ ਲਵਾਈ ਗਈ ਸੀ 4.5 ਬਿਲੀਅਨ ਇੰਡੀਅਨ ਰੁਪਏ। ਇਹ ਗੱਲ ਤੁਸੀਂ ਯੂਟਿਊਬ 'ਤੇ ਦੇਖਿਆ ਹੋਣਾ। ਇਹ ਜਿਹੜਾ ਥੱਲੇ ਹੁਣ ਰਸਤਾ ਬਣਦਾ ਬਣਿਆ ਹੋਇਆ, ਬਹੁਤ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਭਾਸ਼ਣ ਸਪੀਚਾਂ ਤੁਸੀਂ ਯੂਟਿਊਬ 'ਤੇ ਦੇਖੀਆਂ ਹੋਣੀਆਂ, ਅੱਜ ਵੀ ਦੇਖ ਹੁਣ ਮਿਲ ਜਾਣਗੀਆਂ, ਉਹ ਉੱਥੋਂ ਹੀ ਹੋਈਆਂ ਹੋਈਆਂ ਉਸ ਜਗ੍ਹਾ ਤੋਂ। ਅਤੇ ਆ ਦੇਖੋ ਜੀ ਇੱਥੋਂ ਦਰਸ਼ਨ ਕਰੋ ਦਰਬਾਰ ਸਾਹਿਬ ਦੇ, ਆ ਇੱਧਰ ਨਾਲ ਸਰੋਵਰ ਵਾਲਾ ਆ ਗਿਆ, ਤੁਸੀਂ ਜਗ੍ਹਾ ਨੂੰ ਸਮਝ ਹੀ ਗਏ ਹੋਵੋਗੇ। ਅਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੂੰਗਾ, ਆਪਾਂ ਕਦੇ ਇਹਨਾਂ ਚੀਜ਼ਾਂ ਵੱਲ ਧਿਆਨ ਘੱਟ ਦਿੰਦੇ। ਆ ਇੱਕ ਬਿਜਲੀ ਦੇ ਖੰਭੇ ਲੱਗੇ ਹੋਏ ਆ, ਆਹ ਦੇਖਿਆ ਤੁਸੀਂ ਦੇਖ ਰਹੇ ਹੋ ਖੰਭੇ ਲੱਗੇ ਹੋਏ ਆ, ਇਹ ਖੰਭੇ 100 ਸਾਲ ਪੁਰਾਣੇ ਲੱਗੇ ਹੋਏ ਆ, 100 ਸਾਲ ਪੁਰਾਣੇ ਬਿਜਲੀ ਦੇ ਖੰਭੇ ਲੱਗੇ ਹੋਏ ਆ। ਦੇਖੋ ਕਿੰਨਾ ਉਹ ਟਾਈਮ 'ਤੇ ਕਿੰਨੇ ਸੁੰਦਰ, ਹੈ ਨਾ। ਇਹ ਇੱਥੇ ਮੈਨੂੰ ਲੱਗਦਾ ਇਹ ਖੰਭੇ 3 ਨੇ, 3 ਖਣੀ 4 ਇਹ ਲੱਗੇ ਹੋਏ ਨੇ, ਉੱਧਰ ਵੀ ਲੱਗੇ ਹੋਏ ਨੇ। ਅਤੇ ਦੇਖੋ ਕਿੰਨਾ ਸੁੰਦਰ ਲੱਗ ਰਿਹਾ ਹੈ ਨਾ ਦਰਬਾਰ ਸਾਹਿਬ। ਅਤੇ ਬਾਕੀ ਜਦੋਂ ਇਹਨਾਂ ਨੇ ਅੰਦਰ ਖੋਲ੍ਹਤਾ ਬਣਾਤਾ ਸਾਰਾ, ਫਿਰ ਤੁਹਾਨੂੰ ਇੱਕ ਆਪਾਂ ਵੀਡੀਓ ਪਾ ਕੇ ਸਾਰਾ ਜੋ ਵੀ ਹੁਣ ਗੱਲਾਂ ਰਹਿ ਗਈਆਂ ਉਹ ਦੱਸਾਂਗੇ, ਅਤੇ ਜਲਦੀ ਤਿਆਰ ਹੋ ਕੇ ਬਣ ਜੂਗਾ। ਇਹ ਉਹ ਸਿੱਲ ਹੈ, ਹੁਣ ਸਮਝ ਕੇ ਇੱਧਰ ਨੂੰ ਝੁਕੀ ਹੋਈ ਹੈ। ਇਹ ਸਿੰਘਾਂ ਨੇ ਦੇਖੋ ਜਿਹੜੇ ਤਖ਼ਤ ਬਣਾ ਕੇ ਉੱਤੇ ਦੇ ਫੈਸਲੇ ਕਰਦੇ ਹੁੰਦੇ ਸੀ, ਉਹਨੂੰ ਲਿਆ ਕੇ ਪੈਰਾਂ 'ਚ ਰੱਖਤਾ ਵੀ ਇਹਦੇ ਉੱਤੇ ਜਿਹੜਾ ਅੰਦਰ ਹੋਇਆ ਕਰੋ ਜੁੱਤੀ ਝਾੜ ਕੇ। ਅਤੇ ਦਰਬਾਰ ਸਾਹਿਬ ਵੱਲ ਨੂੰ ਤੁਸੀਂ ਆਓਗੇ ਦੇਖੋਗੇ ਇਹ ਝੁਕੀ ਹੋਈ ਹੈ, ਉੱਧਰ ਨੂੰ ਨੀਵੀਂ ਕੀਤੀ ਹੋਈ ਹੈ, ਠੀਕ ਹੈ ਜੀ। ਦਿੱਲੀ ਹਮੇਸ਼ਾ ਹੀ ਤੁਹਾਨੂੰ ਪਤਾ ਸਿੱਖਾਂ ਨਾਲ। ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੇ ਕੇ ਸਾਂਝੀ ਜ਼ਰੂਰ ਕਰ ਦਿਓ,
ਜਿੰਨੀ ਕੁ ਸਾਨੂੰ ਜਾਣਕਾਰੀ ਸੀ ਅਸੀਂ ਤੁਹਾਨੂੰ ਦੇਤੀ ਆ। ਆਹ ਦੋ ਬੁੰਗੇ ਤੁਹਾਨੂੰ ਦਿਸਦੇ ਹੀ ਆ ਹੈ ਨਾ, ਜਦੋਂ ਵੀ ਤੁਸੀਂ ਇੱਧਰ ਆਉਂਦੇ ਹੋ ਅਤੇ ਇਹਨਾਂ ਦੇ ਵਿਚਾਲੇ ਮੈਂ ਖੜ੍ਹਾ ਆ। ਅਤੇ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਅੱਗੇ ਦੇ ਕੇ ਸਾਂਝੀ ਕਰੋ। ਆਹ ਸੰਗਤ ਆਉਂਦੀ ਹੈਗੀ ਆ, ਬਹੁਤ ਘੱਟ ਆਉਂਦੇ ਜਿਹੜੇ ਕੋਈ ਇਤਿਹਾਸ ਪੜ੍ਹ ਕੇ, ਜੋ ਦੂਰੋਂ ਸੈਲਾਨੀ ਆਉਂਦੇ ਜ਼ਿਆਦਾਤਰ, ਉਹ ਇੱਥੇ ਜ਼ਰੂਰ ਹੋ ਕੇ ਇਸ ਸਿਲੇ ਦੇ ਦਰਸ਼ਨ ਕਰਕੇ ਇਹ ਸਾਰੇ ਹੈ ਨਾ ਉਸਦੇ। ਅਤੇ ਹੁਣ ਰਸਤਾ ਬੰਦ ਕੀਤਾ ਹੋਇਆ, ਨਹੀਂ ਤਾਂ ਤੁਹਾਨੂੰ ਥੱਲੇ ਜਾ ਕੇ ਉਹ ਸੰਘਾਸਣ ਵੀ ਦਿਖਾਉਂਦੇ, ਸਾਰਾ ਖੂਹ ਵੀ ਦਿਖਾਉਂਦੇ, ਨਾਲ ਨਾਲ ਜਾਂਦਾ ਚਾਰੇ ਮੰਜ਼ਿਲਾਂ 'ਤੇ। ਅਤੇ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।